ਇਸ ਵੇਲੇ ਅੰਮ੍ਰਿਤਪਾਲ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਉਹ ਆਪਣੇ ਸਿਸਟਰ ਨਾਲ ਮਿਲ ਰਿਹਾ। ਤੁਹਾਨੂੰ ਅੱਜ ਪੇਸ਼ ਕੀਤਾ ਗਿਆ ਹੈ, 307 ਵੀ ਲੱਗੀ ਹੈ, ਕੀ ਕਹੋਗੇ ਤੁਸੀਂ? 307 ਤਾਂ ਲੱਗੀ ਹੈ, ਨਹੀਂ ਇਹ 307 ਨਜਾਇਜ਼ ਹੈ ਜੀ, ਅਸੀਂ ਕਿਸੇ ਨੂੰ ਕੋਈ ਨੁਕਸਾਨ ਨਹੀਂ ਕੀਤਾ ਗਾ, ਅਤੇ ਜੋ ਭੰਨੇ ਆ ਉਹ ਅਸੀਂ ਭੰਨੇ ਆ, ਹਾਂ ਉਹ ਕਿਉਂਕਿ ਸਾਡੀ ਕਿਸੇ ਨੇ ਸੁਣੀ ਨਹੀਂ, ਅਸੀਂ ਸਾਰੇ ਕਿਤੇ ਅਰਜ਼ੀ ਦਿੱਤੀ ਸੀ, ਅਸੀਂ ਰੋਸ ਵਜੋਂ ਤੋੜੇ ਆ, ਇਹ ਉਹ ਕਰਹਾਨਿਕ ਦਾ ਕੇਂਦਰ ਆ ਦਰਬਾਰ ਸਾਹਿਬ ਵਿਚਾਰਾਂ ਦੇ ਪੁੱਤ ਉੱਥੇ ਹੁਣ ਅਦਾਲਤ ਨੇ ਕੀ ਕਿਹਾ ਜੀ? 2 ਦਿਨ ਦਾ ਰਿਮਾਂਡ ਆ ਜੀ। ਜੋ ਕੁਛ ਹੋਇਆ ਠੀਕ ਹੋਇਆ ਵੀਰੇ? ਹਾਂਜੀ ਹਾਂਜੀ ਬਾਈ ਠੀਕ, ਚੜ੍ਹਦੀ ਕਲ ਆਇਆ ਉੱਥੇ ਬੁੱਤ ਵੀਰੇ ਕਿਹੜੇ ਲੱਗਣੇ ਚਾਹੀਦੇ ਆ ਉੱਥੇ? ਅਸੀਂ ਸਿੱਖ ਕੌਮ ਬੁੱਤਾਂ ਨੂੰ ਨਹੀਂ ਮੰਨਦੀ, ਜੇ ਲਾਉਣੇ ਆ ਉਹਨਾਂ ਨੇ ਜ਼ਿਲ੍ਹਿਆਂ ਵਾਲੇ ਬਾਗ 'ਚ ਸ਼ਹੀਦ ਹੋਏ ਸਿੰਘ ਲਾ ਦੇਣ, ਸ਼ਹੀਦਾਂ ਦੇ ਲਾ ਦੇਣ, ਊਧਮ ਸਿੰਘ ਦਾ ਲਾ ਦੇਣ, ਊਧਮ ਸਿੰਘ ਦਾ ਲਾ ਦੇਣ, ਹਾਂ ਠੀਕ ਹੈ। ਕੋਈ ਹੋਰ ਸੰਦੇਸ਼? ਨਹੀਂ ਜੀ, ਚੜ੍ਹਦੀ ਕਲਾ, ਅਸੀਂ ਆਪਦਾ ਕੰਮ ਕੋਈ ਤਾਂ ਨਹੀਂ, ਨਹੀਂ ਪੁਲਿਸ ਆਪਦਾ ਕੰਮ ਕਰ ਰਹੀ ਹੈ ਜੀ, ਓਕੇ ਆ। ਚਲੋ ਬੜਾ ਹੋਣਾ, ਚਲੋ ਥੈਂਕ ਯੂ ਜੀ। ਪ੍ਰੈਸ ਹੈ ਭਾਈ, ਸਰ ਸਰ ਪਲੀਜ਼, ਥੈਂਕ ਯੂ ਚੜ੍ਹਦੀ ਕਲਾ ਹੀ ਹੋਊਗੀ, ਚੜ੍ਹਦੀ ਕਲਾ ਸੱਚੇ ਪਾਤਸ਼ਾਹ, ਕੋਈ ਨਹੀਂ।